ਮੇਰੀ ਪੰਜਾਬ ਦੇ ਮੁੱਖ ਮੰਤਰੀ ਡੀਜੀਪੀ ਪੰਜਾਬ ਤੇ ਕੇਂਦਰ ਦੀਆਂ ਜੜੀਆਂ ਏਜੰਸੀਜ਼ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਅਮਰਤਪਾਲ ਦੀ ਵਾਈਫ ਜਿਹੜੀ ਬ੍ਰਿਟਿਸ਼ ਸਿਟੀਜ਼ਨ ਸੀਗੀ ਉਹਦਾ ਓਵਰਸਟੇ ਹੋਣ ਕਰਕੇ ਜੋ ਚੈਨਲਾਂ ਦੇ ਉੱਤੇ ਚੱਲ ਰਿਹਾ ਉਹ ਵਾਪਸ ਜਿਹੜੀ ਉਹ ਇੰਗਲੈਂਡ ਚੱਲੀ ਸੀ ਅੱਜ ਅਮਰਸਰ 에ਅਰਪੋਰਟ ਦੇ ਉੱਤੇ ਉਹਨੂੰ ਡਿਟੇਨ ਕਰ ਲਿਆ ਗਿਆ ਪੁਛਕਿਸ਼ ਦੇ ਨਾਂ ਦੇ ਉੱਤੇ ਸਵਾਲ ਇੱਕ ਛੋਟਾ ਜਿਹਾ ਇਹ ਹੈ ਕਿ ਜੇ ਉਹਦੇ ਕੋਲੋਂ ਪੁੱਛਗਿੱਛ ਕਰਨੀ ਸੀ ਤੇ ਇੰਨੇ ਦਿਨਾਂ ਤੋਂ ਘਰ ਹੀ ਸੀ ਆਪਣੇ ਤੇ ਉਦੋਂ ਤੱਕ ਉਹਦੇ ਕੋਲੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਜਾਂ ਤੁਹਾਡੀ ਪੁੱਛਗਿੱਛ ਮੁਕੰਮਲ ਕਿਉਂ ਨਹੀਂ ਹੋਈ ਕਿਸੇ ਨੂੰ ਵੀ ਜਾਣ ਲੱਗਿਆਂ ਪਬਲਿਕ 'ਚ ਜਲੀਲ ਕਰਨਾ ਕਿੰਨਾ ਕੁ ਜਾਇਜ਼ ਹੈ ਇਸ ਤੋਂ ਪਹਿਲਾਂ ਵੀ ਤੇ ਉਹ ਕਾਫੀ ਲੰਬੇ ਸਮੇਂ ਤੋਂ ਅਮਰਤਪਾਲ ਨੂੰ ਵੀ ਮੇਰੇ ਖਿਆਲ ਮਹੀਨਾ ਹੋ ਗਿਆ ਪਕੌੜਾ ਹੋਏ ਨੂੰ ਉਸ ਤੋਂ ਪਹਿਲਾਂ ਉਹਦੀ ਪੁੱਛਗਿੱਛ ਕੀਤੀ ਜਾ ਸਕਦੀ ਸੀਗੀ ਇਸ ਤਰੀਕੇ ਉੱਥੇ ਰੋਕਣਾ ਕਿੰਨਾ ਕੁ ਜਾਇਜ਼ ਹੈ ਕੁਝ ਗੱਲਾਂ ਮੈਂ ਤੁਹਾਨੂੰ ਕਹਿਣੀਆਂ ਚਾਹੁੰਨਾ ਕਿ 10 ਫਰਵਰੀ ਨੂੰ ਉਹਦੀ ਸ਼ਾਦੀ ਹੁੰਦੀ ਆ 10 ਫਰਵਰੀ ਨੂੰ ਉਹਦਾ ਵਿਆਹ ਹੁੰਦਾ ਅਮਰਤਪਾਲ ਦੇ ਨਾਲ 18 ਮਾਰਚ ਨੂੰ ਉਹ ਭਗੌੜਾ ਹੋ ਜਾਂਦਾ ਵਾ ਉਹ ਚਲੇ ਜਾਂਦਾ ਪੰਜਾਬ ਪੁਲਿਸ ਕੇਂਦਰ ਦੀਆਂ ਏਜੰਸੀਆਂ ਉਹਦੇ ਪਿੱਛੇ ਲੱਗ ਜਾਂਦੀਆਂ ਜਿਹੜਾ ਅਜੇ ਤੱਕ ਉਹਨਾਂ ਨੂੰ ਲੱਭਾ ਨਹੀਂ ਇੱਕ ਮਹੀਨਾ ਕਰੀਬ ਇੱਕ ਮਹੀਨਾ ਉਹਦੀ ਸ਼ਾਦੀ ਨੂੰ ਹੋਇਆ ਸੀਗਾ ਜਦੋਂ ਉਹ ਇਕੱਠੇ ਰਹੇ ਨੇ ਇੱਕ ਮਹੀਨੇ ਦੇ ਵਿੱਚ ਵਿੱਚ ਕਿਹੜੀ ਉਹਨੇ ਖਾਲਿਸਤਾਨ ਦੀ ਈਡੀ ਸਾਜ਼ਿਸ਼ ਕਰ ਦਿੱਤੀ ਕਿਹੜੀ ਦੇਸ਼ ਵਿਰੋਧੀ ਉਹਨੇ ਨੀਤੀ ਘੜ ਦਿੱਤੀ ਇਹ ਵੀ ਤੇ ਲੋਕਾਂ ਨੂੰ ਦੱਸਿਆ ਜਾਵੇ ਨਾ ਉਹਦੀ ਕੋਈ ਸਟੇਟਮੈਂਟ ਹੈ ਨਾ ਉਹਦੀ ਕੋਈ ਵੀਡੀਓ ਹੈ ਕਿ ਜਿਹਦੇ ਵਿੱਚ ਉਹ ਦੇਸ਼ ਧਰੋਹ ਦੇ ਤੇ ਐਨਐਸਏ ਲੱਗਦਾ ਹੋਵੇ ਜਾਂ ਉਹਨੂੰ ਕਿਤੇ ਡਿਟੇਨ ਕੀਤਾ ਜਾਵੇ ਕੁਝ ਵੀ ਉਹਦਾ ਇਹੋ ਜਿਹਾ ਅਜੇ ਤੱਕ ਸਾਹਮਣੇ ਨਹੀਂ ਆਇਆ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵੀ ਕਿਤੇ ਵੀ ਇਹ ਮਰਦ ਪ੍ਰਧਾਨ ਦੇਸ਼ ਹੈ ਇੱਥੇ ਹਰ ਜਗ੍ਹਾ ਦੇ ਉੱਤੇ ਮਰਦੀ ਪ੍ਰਧਾਨ ਹੈ ਔਰ ਜਦੋਂ ਘਰ ਦਾ ਮੁਖੀ ਜ਼ਿੰਮੇਵਾਰ ਹੋਵੇ ਕਿਸੇ ਕੇਸ ਦੇ ਵਿੱਚ ਚਾਹੇ ਉਹ ਕ੍ਰਿਮੀਨਲ ਹੋਵੇ ਚਾਹੇ ਉਹ ਕਿਸੇ ਤਰੀਕੇ ਦਾ ਵੀ ਕੇਸ ਹੋਵੇ ਤੇ ਉਹਦੇ ਵਿੱਚ ਪਰਿਵਾਰ ਦਾ ਕੀ ਕਸੂਰ ਹੁੰਦਾ ਪਰਿਵਾਰ ਨੂੰ ਵਿੱਚ ਉਹਦੇ ਕੋ ਇਨਵੋਲਵ ਕਰ ਲਿਆ ਜਾਂਦਾ ਚਾਹੇ ਉਹ ਕਿਸੇ ਦੀ ਵਾਈਫ ਹੈ ਚਾਹੇ ਉਹ ਕਿਸੇ ਦੀ ਭੈਣ ਹੈ ਚਾਹੇ ਉਹ ਕਿਸੇ ਦਾ ਬੱਚਾ ਹੈ ਇਹ ਜਿਹੜੇ ਰਿਵਾਜ ਅਕਾਲੀ ਕਾਂਗਰਸੀਆਂ ਨੇ ਪਾਏ ਸੀਗੇ ਉਹ ਵੀ ਲੋਕਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਲਈ ਜਦੋਂ ਉਹਨਾਂ ਦੀ ਕੋਈ ਗੱਲ ਨਹੀਂ ਸੀ ਮੰਦਾ ਜਾਂ ਕਾਬੂ ਨਹੀਂ ਸੀ ਆਉਂਦਾ ਤੇ ਉਹਨਾਂ ਦੇ ਬੱਚਿਆਂ ਦੇ ਉੱਤੇ ਪਰਚੇ ਦੇ ਦੇਣੇ ਉਹਨਾਂ ਦੀਆਂ ਘਰ ਦੀਆਂ ਜਿਹੜੀਆਂ ਫੀਮੇਲ ਮੈਂਬਰ ਸੀਗੀਆਂ ਉਹਨਾਂ ਦੇ ਉੱਤੇ ਪਰਚੇ ਦੇ ਦੇਣੇ ਮੇਰੇ ਹੀ ਅਮਰਤਪਾਲ ਦੇ ਨਾਲ ਕੋਈ ਅੰਧਰਧਿਨੀ ਨਹੀਂ ਹੈ ਪਰ ਜਿਹੜੀ ਉਹਦੀ ਵਾਈਫ ਹੈ ਉਹ ਬਾਹਰਲੇ ਮੁਲਕ ਚੋਂ ਆਈ ਉਹਨੇ ਉਹਦੇ ਨਾਲ ਵਿਆਹ ਕਰਾ ਲਿਆ ਉਹ ਸਾਡੀਆਂ ਬੱਚੀਆਂ ਵਰਗੀ ਐ ਭੈਣਾ ਵਰਗੀ ਐ ਔਰਤ ਦੀ ਇੱਜ਼ਤ ਜਿਹੜੀ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਸੋ ਮੇਰੀ ਅਪੀਲ ਹੈ ਕੇ ਬਿਨਾ ਕਿਸੇ ਠੋਸ ਸਬੂਤ ਤੋਂ ਅਮਰਤਪਾਲ ਕੀ ਕਿਸੇ ਦੇ ਵੀ ਪਰਿਵਾਰ ਦੇ ਜੀ ਨੂੰ ਖਾਸ ਕਰਕੇ ਜਿੱਥੇ ਫੀਮੇਲ ਆ ਜਾਵੇ ਉਹਨੂੰ ਤੰਗ ਹੀ ਨਹੀਂ ਕਰਨਾ ਚਾਹੀਦਾ ਕਿਸੇ ਬੱਚੀ ਨੂੰ ਕਿਸੇ ਔਰਤ ਨੂੰ ਕਿਸੇ ਮਤਲਬ ਧੀ ਭੈਣ ਨੂੰ ਸੋ ਮੇਰੀ ਅਮਰਤਪਾਲ ਨੂੰ ਵੀ ਬੇਨਤੀ ਆ ਵੀ ਇੰਨੀ ਖੱਜਲ ਖੁਆਰੀ ਪਰਿਵਾਰ ਦੀ ਵੀ ਹੋਣ ਢਈ ਆ ਤੇ ਤੂੰ ਵੀ ਵੀਰ ਸਰੈਂਡਰ ਕਰ ਕੀ ਤੈਨੂੰ ਹਣ ਮਤਲਬ ਇੱਥੇ ਕੋ ਗੋਲੀ ਮਾਰ ਦੂਗਾ ਵੱਧ ਤੋਂ ਵੱਧ ਤੈਨੂੰ ਜੇਲ੍ਹ ਦੇ ਵਿੱਚ ਭੇਜ ਦੇਣਗੇ ਸਾਲ 2 ਸਾਲ ਜਿੰਨਾ ਚਿਰ ਤੇਰਾ ਲੱਗੂ ਜੇਲ੍ਹ ਦੇ ਵਿੱਚ ਲੱਗੂ ਤੇਰੇ ਪਰਿਵਾਰਕ ਮੈਂਬਰ ਵੀ ਇਸ ਇਹਦੇ ਵਿੱਚ ਇਨਵੋਲਵ ਹੋ ਰਹੇ ਆ ਔਰ ਦੁੱਖ ਕੀ ਲੱਗਦਾ ਅੱਜ ਕਈ ਚੈਨਲਸ ਦੇ ਉੱਤੇ ਜਦੋਂ ਉਹਨੂੰ ਰੋਕਿਆ ਗਿਆ ਉਹ ਉਹਦੇ ਉੱਤੇ ਚੈਨਲਾਂ ਦੇ ਉੱਤੇ ਟੈਗ ਲਾਈਨ ਚਲਾਉਣੀ ਸ਼ੁਰੂ ਕਰ ਦਿੱਤੀ ਕਿ ਅਮਰਤਸਰ ਤੋਂ ਲੰਡਨ ਭੱਜਣ ਦੀ ਫਰਾਕ ਸੀਗੀ ਅਮਰਤਪਾਲ ਦੀ ਘਰ ਵਾਲੀ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਚੈਨਲ ਵਾਲਿਆਂ ਨੂੰ ਵੀ ਕਿ ਅੱਗੇ ਜਦੋਂ ਅਮਰਤਪਾਲ ਇੱਥੇ ਸੀਗਾ ਉਦੋਂ ਭਾਈ ਸਾਹਿਬ ਭਾਈ ਸਾਹਿਬ ਕਹਿ ਕੇ ਭੂਏ ਵੀ ਤੁਸੀਂ ਚੜਾਇਆ ਸੀਗਾ ਅੱਜ ਉਹ ਭੱਜਣ ਦੀ ਫਰਾਕ ਸੀਗੀ 에어ਪੋਰਟ ਤੇ ਗਈ ਆ ਉੱਥੇ ਚੈੱਕ ਪੋਸਟਾਂ ਨੇ ਉੱਥੇ ਏਜੰਸੀਜ਼ ਨੇ ਸਾਰੀਆਂ ਕੰਮ ਕਰਦੀਆਂ ਜਿੰਨਾ ਉਹਨੂੰ ਰੋਕ ਲਿਆ ਉਹ ਕੋ ਡੋਂਕੀ ਲਾ ਕੇ ਚੱਲੀ ਸੀਗੀ ਮਤਲਬ ਵੀ ਉਹ ਭੱਜਣ ਦੀ ਫਰਾਕ ਦੇ ਵਿੱਚ ਸੀਗਾ ਸੋ ਖਬਰਾਂ ਨੂੰ ਇੰਨਾ ਸੰਸਨੀਖੇਜ ਨਾ ਬਣਾਇਆ ਜਾਵੇ ਦੂਜੀ ਮੈਸ ਮਸਲੇ ਨੂੰ ਕੋ ਬਹੁਤਾ ਤੋਲ ਨਹੀਂ ਦੇਣਾ ਚਾਹੁੰਦਾ ਜਿੱਥੇ ਮਤਲਬ ਨਹੀਂ ਠੀਕ ਲੱਗਦਾ ਉੱਥੇ ਜਿੱਥੇ ਸਰਕਾਰ ਚੰਗਾ ਕੰਮ ਕਰਦੀ ਉਹਦੀ ਪ੍ਰੇਜ਼ ਵੀ ਕਰੀਦੀ ਆ ਚਾਹੇ ਉਹ ਅਮਰਤਪਾਲ ਦੇ ਉੱਤੇ ਜਿਹੜਾ ਐਕਸ਼ਨ ਲਿਆ ਸੀਗਾ ਦੂਜਾ ਜਿੱਥੇ ਨਹੀਂ ਠੀਕ ਲੱਗਦਾ ਉਹਦੇ ਖਿਲਾਫ ਮਤਲਬ ਬੋਲਦਾ ਵੀ ਜ਼ਰੂਰ ਆ ਮੇਰੀ ਇੱਕ ਅਪੀਲ ਹੈ ਕਿ ਜੇ ਉਹਦੀ ਵਾਈਫ ਦੇ ਖਿਲਾਫ ਕੋ ਠੋਸ ਸਬੂਤ ਨਹੀਂ ਪਹਿਲੀ ਗੱਲ ਜੇ ਠੋਸ ਸਬੂਤ ਹੁੰਦੇ ਤੇ ਫਿਰ ਉਹ 1 ਮਹੀਨੇ ਤੋਂ ਇੱਥੇ ਸੀਗੀ ਹੁਣ ਤੱਕ ਤੁਹਾਨੂੰ ਮਤਲਬ ਕੋ ਐਕਸ਼ਨ ਲੈਣਾ ਚਾਹੀਦਾ ਸੀਗਾ ਇਸ ਤਰੀਕੇ ਕਿਸੇ ਨੂੰ ਜਲੀਲ ਕਰਨਾ ਜਾਂ ਇਸ ਤਰੀਕੇ ਉਸ ਬੰਦੇ ਦੇ ਉੱਤੇ ਪ੍ਰੈਸ਼ਰ ਬਣਾਉਣਾ ਮੈਂ ਇਹਨੂੰ ਕੋ ਜਾਇਜ਼ ਜਾਂ ਮਰਦਾਂ ਵਾਲਾ ਕੰਮ ਨਹੀਂ ਗਿਣਦਾ ਸੋ ਮੇਰੀ ਤੁਹਾਨੂੰ ਅਪੀਲ ਹੈ ਕਿ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਗਰੇਜ ਕੀਤਾ ਜਾਵੇ ਕੋ ਫੀਮੇਲ ਮੈਂਬਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਨਾ ਤੰਕ ਕੀਤਾ ਜਾਵੇ ਇੰਨੀ ਕੁ ਮੇਰੀ ਅਪੀਲ ਹੈ ਕਿ ਸੋਚ ਸਮਝ ਤੋਂ ਕੰਮ ਲਿਆ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਤੁਹਾਡੀ ਇੱਜ਼ਤ ਜਿਹੜੀ ਬਣੀ ਹੈ ਉਹ ਉਹ ਬਣੀ ਰਹੇ ਉਹਦੇ ਤੋਂ ਲੋਕ ਮੁਨਕਰ ਨਾ ਹੋ ਜਾਣ ਤੁਹਾਡੇ ਦੁਆਲੇ ਨਾ ਹੋ ਜਾਣ ਸੋ ਮੈਂ ਅਖੀਰ ਚ ਇਹ ਦੋ ਲੈਣਾ ਕਹਿ ਕੇ ਸਾਰੀ ਸਰਕਾਰ ਨੂੰ ਇਸ ਵਿੱਚੇ ਚੈਨਲ ਵਾਲੇ ਤੇ ਵਿੱਚੇ ਸਰਕਾਰ ਨੂੰ ਕਿ ਸਮਾਪਤੀ ਕਰਨ ਲੱਗਾ ਕਿ ਤੂਫਾਨੋਂ ਸੇ ਅੱਖ ਮਿਲਾਓ ਸਲਾਬੋ ਸਲਾਬੋ ਪਰ ਵਾਰ ਕਰੋ ਤੂਫਾਨੋਂ ਸੇ ਅੱਖ ਮਿਲਾਓ ਸੈਲਾਬੋ ਪਰ ਵਾਰ ਕਰੋ ਮਲਾਹੋਂ ਕਾ ਚੱਕਰ ਛੋੜੋ ਤੈਰ ਕਰ ਦਰਿਆ ਪਾਰ ਕਰੋ